جل فرج قائم آل محمد یا صاحب الزمان صلی اللہ محمد و آل محمد صلوات سارے صاحبان مل کے بلند آواز پیو دا
ਪੁੱਛਦਾ ਕਿਵੇਂ ਲੁੱਟੇ ਨੇ ਤੇਰੀ ਬੇਵਾ ਬੈਠਾ ਪੁੱਛਦਾ ਹਾਂ ਮੁਖਤਾਰ ਤੇ ਕਾਸਦ ਦੀਆਂ ਭਾਇਓ ਕੋਈ ਵੱਖਰੀਆਂ ਗਾਲੀ ਥਈਆਂ ਮੇਰੇ ਪੀਰ ਕੁਆ ਕੇ ਕੂਫੇ ਦਿਆਂ ਹੁਣ ਬਦਲ ਹਕੂਮਤਾਂ ਰੋਗਿਆ ਦੇ ਦੁਣੇ ਹੁਣ ਤੂੰ ਤਖਤ ਤੇ ਬਹੇ ਓ ਦੇਖ ਗਿਨਾ ਦੁਆ ਕਰ ਖਾਤੂਨ ਦੀਆਂ ਤੋਲੇ ਹੁਣ ਦਿਨਾਲਿਆਵੇਂ ਓ ਜੜੀਆਂ ਸ਼ਾਮ ਚੁਰਲਦੀਆਂ ਰਹੀਆਂ ਤੂੰ ਤਖਤ ਬਹੇ ਓ ਦੇਖ ਗਿਨਾ ਦੁਆ ਕਾਤਲਾਂ ਸਰ ਕਲਮ ਕਰਕੇ ਲੱਖ ਵਾਰੀਆਂ ਤੋਲੇ ਹੁਣ ਦਯਾਗ ਦੀ ਨਾਲਿਆਂ ਵੇ ਓ ਜਿਹੜੀਆਂ ਸ਼ਾਮ ਚ ਰੁਲਦੀਆਂ ਰਹੀਆਂ ਕਾਤਲਾਂ ਸਰ ਤਾਰੇ ਜਕੜੇ ਨਸ ਮਿਨਹਾਲ ਕੋ ਕਾਸਦ ਬਲਾਸ ਬਾਈ ਗੁਰ ਫਰ ਆਖੇ ਜਾ ਨੌਕਰ ਵਿਆਜ ਆਵਿਆ ਤਖਤ ਸੰਭਾਲ ਮੈਂ ਤੇਰਾ ਨੌਕਰ ਬਣ ਕੇ ਤੇਰੇ ਪਿਓ ਦੇ ਕਾਤਲ ਪਕੜੇ ਨਾ ਤੁਹਾਡੀ ਜ਼ਿੰਦਗੀ ਵੈਸੇ ਆ ਜਿਹੜਾ ਆ ਕੇ ਪੈਗਾਮ ਮਿਲੇ ਨਾ ਹੱਕ ਬਣਦਾ ਬਾਕਰ ਦਾ ਬਾਬਾ ਖੁਸ਼ ਹੋਵੇ ਆ ਜਿਹੜਾ ਸੁਣਾ ਇਸ ਨੌਕਰ ਪਿਆ ਦੇ ਆ ਤੂੰ ਤਖਤ ਬਹਿ ਮੈਂ ਤੇਰਾ ਨੌਕਰ ਬਣ ਕੇ ਨੌਕਰੀ ਔਰ ਹੁਣ ਆ ਲਿਓ ਤੇਰਾ ਬਿਮਾਰ ਇਮਾਮ ਕਈ ਵਾਰੀ ਉੱਠਾ ਹੈ ਤੇ ਵਾ ਜ਼ਮੀਨ ਤੇ ਘਣਾ ਹੈ ਰੋਕਿਆ ਦੇ ਮੁਖਤਾਰ ਸ਼ਾਮ ਦਾ ਕਰੀ ਹੁਣ ਗਿਆ ਹੁਣ ਤਾਜ ਸੁਹਾਣੀ ਅਭੀਆ ਨੌ ਘੰਟੇ ਦਰਬਾਰ ਦੇ ਵਿੱਚ ਉਹ ਨਿਰਵਾਰ ਭੁਲਾਣ ਵਸਗਦਾ ਸਾਡੇ ਲੱਖ ਦੁਸ਼ਮਣ ਪਿਆ ਕਤਲ ਕਰੇ ਸਾਰੇ ਰਾਜ਼ੀ ਹੈ ਜਿਹੜੇ ਹੁਣ ਤੱਕ ਨਹੀਂ ਰੋ ਸਕੇ ਵਾਹ ਜੇ ਬਿਮਾਰ ਤੇ ਅਹਿਸਾਨ ਲਾਵਣੇ ਤਾਂ ਇੱਕ ਮੈਂ ਬਿਮਾਰ ਤੇ ਮਿੰਨਤ ਲਾਵੇ ਚਾ ਮਿਨਹਾਲ ਕਦਮਾਂ ਤੇ ਜਾਣ ਪੇ ਮੌਲਾ ਮਿੰਨਤ ਕਹੀ ਅਹਿਸਾਨ ਕੀਆ ਹੁਕਮ ਕਰੋ ਕਰਨਾ ਕਿਆ ਹੈ ਸਯਦਾ ਨਾ ਮੈਨੀ ਤਰਫੂਆ ਕੇ ਮੇਰੇ ਚਾਚੇ ਕੋ ਉਹ ਹੈ ਕੁ ਮਿੰਨਤ ਬਿਮਾਰ ਤੇ ਲਾਵੇ ਜੇ ਲਭ ਪਵਿਕਾ ਸਾਰ ਕੱਟ ਕੇ ਭਿਜਵਾਵੇ ਸਯਦਾ ਦੇ ਅੰਨਾ ਧੁੱਪ ਤੇ ਰੋਂਦੀਏ ਮਾਇਸ ਕਰਦੀ ਓਹ ਇੱਕ ਵਾਰ ਮਦੀਨੇ ਅੰਨਾ ਧੁੱਪ ਤੇ ਰੋਂਦੀਏ ਮਾਇਸ ਕਰਦੀ ਓਹ ਇੱਕ ਵਾਰ ਮਦੀਨੇ ਅਸਗਰ ਕੀਤੇ ਇੱਕ ਵਾਰੀ
ਪਰੇਸ਼ਾਨੀ ਆਉਂਦੇ ਅੱਲਾ ਤੋਫੀਕਾ ਦੇ ਇਜ਼ਾਫਾ ਕਰੇ ਮੇਰੇ ਭਾਈ ਫਤਿਹ ਜ਼ਿੰਦਗੀ ਹੋਵੇ ਜਿਹੜਾ ਇਹ ਨੌਕਰੀ ਅੰਜਾਮ ਦਿੰਦੇ ਖੜਨ ਜਿਤਨਾ ਸਫ਼ਰ ਕਰ ਆਇਓ ਹਮੇਸ਼ਾ ਦੁਆ ਹੁੰਦੀ ਹੈ ਕਦਮ ਕਦਮ 'ਤੇ ਬਾਦਸ਼ਾਹ ਹੁਸੈਨ ਦੀ ਪਾਕ ਅੰਮਾ ਤੁਹਾਡੇ ਗੁਨਾਹ ਜ਼ਾਕਰ ਅਲਮਾ ਦੀ ਪੜ੍ਹਾਈ ਮੈਂ ਹਕੀਰ ਸਮੇਤ ਸਾਰਿਆਂ ਦੀ ਨੌਕਰੀ ਬਾਦਸ਼ਾਹ ਹਰ ਕਿਸੇ ਦੀ ਆਪਣੀ ਇਬਾਦਤ ਹੈ ਹਰ ਵੇਲੇ ਦੁਆ ਮੰਗੀ ਕਰੋ ਕਿ ਸਾਡਾ ਇਹ ਖਰਚ ਸਾਡਾ ਆਉਣਾ ਬਹਿਣਾ ਸਹਾ ਗਿਰਨਾ ਹੁਸੈਨ ਦੀ ਮਾਂ ਕੋ ਮਨਜ਼ੂਰ ਭਾਈ ਦਾ ਹੁਕਮ ਦੀ ਤਾਮੀਲ ਢੇਰ ਸਫ਼ਰ ਕਰਕੇ ਆਇਆ ਤੇ ਵੰਜਣਾ ਡੇਰ ਅਸਮੈਲ ਖਾਂ ਹੈ ਆਮੀਨ ਹਰ ਮੂਮੈਂਟ ਦੇ ਸਫ਼ਰ ਵੀ ਖਤਮ ਤੇ ਗੁਜ਼ਾਰਿਸ਼ ਇਹ ਇੱਕ ਅੱਧ ਕਸੀਦਾ ਪੜ੍ਹਾਂ ਕਿਉਂਕਿ ਕਸੀਦਾ ਸੁਧ ਜ਼ਾਕਰ ਜੋ ਹਾਂ ਜ਼ਰੂਰੀ ਹੈ ਅਗਰ ਮਸਾਇਬ ਮੈਂ ਤੋਂ ਪੜ੍ਹ ਸਕਦਾ ਹਾਂ ਤਾਂ ਘੰਟੇ ਦਾ ਮਜ਼ਮੂਨ ਹੈ ਕਿਉਂਕਿ ਇਹ ਉਹ ਨਗਰੀ ਹੈ ਜਿੱਦਾਂ ਬਜ਼ੁਰਗ ਪੜ੍ਹ ਪੜ੍ਹ ਕੇ ਪਹਾੜ ਪੜ੍ਹਦੇ ਹਨ ਅਤੇ ਮੈਂ ਉਹ ਲੜੀ ਵਿੱਚੋਂ ਹਾਂ ਮੇਰੇ ਬਾਬੇ ਦੀ ਜ਼ਿੰਦਗੀ ਹੋਵੇ ਮਲਿਕ ਇਕਬਾਲ ਹੁਸੈਨ ਖੋਖਰ ਸੁਲਤਾਨ ਜ਼ਾਕਰੀਨ ਭੱਟ ਸਾਹਿਬ ਦੇ ਸ਼ਾਗਿਰਦ ਇਹਨੇ ਸੁਲਤਾਨਾਂ ਦੀਆਂ ਨਗਰੀਆਂ ਨੇ ਸਾਰੀਆਂ ਅਤੇ ਇਹ ਵਾਸਤੇ ਮੈਂ ਕਸੀਦਾ ਪਿਆ ਪੜ੍ਹਦਾ ਕਿ ਵਕਤ ਕੋ ਮੱਦੇਨਜ਼ਰ ਰੱਖਦਿਆਂ ਹੋਇਆਂ ਪੂਰੀ ਨੌਕਰੀ ਹੋ ਵੀ ਅੱਲਾ ਕਰਬਲਾ ਲੈਂਦੇ ਦੁੱਖਾਂ ਦਾ ਸਦਕਾ ਅੱਲਾ ਇਹਦੇ ਬਾਬੇ ਨੂੰ ਸਿਹਤ ਕਾਮਲ ਅਜਲਾ ਅਤਾ ਫਰਮਾਵੇ ਉਹਦੀਆਂ ਦੁੱਖ ਤਕਲੀਫਾਂ ਅੱਲਾ ਹੁਸੈਨ ਦਾ ਸਦਕਾ ਦੂਰ ਕਰੇ ਅੱਲਾ ਭਾਵੇਂ ਅਲੀ ਅਕਬਰ ਦਾ ਸਦਕਾ ਅੱਲਾ ਉਹਦੇ ਖਿਜ਼ਰ ਦੀ ਉਮਰਾਂ ਕਰੇ ਮਲਿਕ ਇਕਬਾਲ ਹੁਸੈਨ ਦਾ ਸਾਇਆ ਅੱਲਾ ਬੱਚਿਆਂ 'ਤੇ ਸਲਾਮਤ ਰੱਖੇ ਮਲਿਕ ਇਕਬਾਲ ਹੁਸੈਨ ਦਾ ਸਾਇਆ ਇਹ ਇਹਦਾ ਇਕਬਾਲ ਇਹਦੇ ਅੱਬੇ ਦੇ ਨਾ ਅੱਲਾ ਉਹਦਾ ਸਾਇਆ ਹੀ ਨਾ ਬੱਚਿਆਂ 'ਤੇ ਅੱਲਾ ਸਲਾਮਤ ਰੱਖੇ ਮੋਮਨੋ ਮੈਂ ਸੈਯਦਾਂ ਗਰੀਬਾਂ ਮੁਸਾਫਿਰਾਂ ਮੇਰੀਆਂ ਧੀਆਂ ਨੇ ਪੁੱਤਰ ਕੋ ਇਨੀ ਅੱਲਾ ਮਗਵਾ ਹੈ ਮੇਰੇ ਘਰ ਤਕਲੀਫ ਹੈ ਮੈਂ ਲਾ ਲਾ ਕੇ ਭੁੱਖਾ ਹੋਇਆ ਪੀਆਂ ਮੇਰੇ ਘਰ ਖਾਵਣ ਦੀ ਕਸ਼ਾ ਹੈ ਨਜ਼ਰੇ ਅੱਲਾ ਤੇ ਨਿਆਜ਼ੇ ਹੁਸੈਨ ਪਾਕ ਸੈਣ ਦਾ ਹਿੱਸਾ ਸਮਝ ਕੇ ਇਮਾਮੇ ਜ਼ਮਾਨਾ ਦਾ ਸਦਕਾ ਸਮਝ ਕੇ ਹੁਸੈਨ ਦਾ ਸਦਕਾ ਸਮਝ ਕੇ ਕੋਈ ਬੰਦਾ ਮੈਨੂੰ ਖਾਲੀ ਨਾ ਮੋੜੇ ਮੈਂ ਮਜਬੂਰ ਹਾਂ ਗਰੀਬ ਹਾਂ ਸੈਯਦ ਹਾਂ ਮੈਂ ਬੜਾ ਸਫ਼ਰ ਕਰਕੇ ਆਇਆ ਅੱਲਾ ਰਾਜ਼ੀ ਹੋਣ ਅੱਲਾ ਤੇਰੀ ਜ਼ਿੰਦਗੀ ਕਰੇ ਬਗੈਰ ਤਸ਼ਰੀਹ ਦੇ ਕਸੀਦਾ ਕਿਉਂਕਿ ਸੁਰੈਕੀ ਇਲਾਕਾ ਹੈ ਦਿਹਾਤ ਹੈ ਮੈਂ ਥੋੜ੍ਹਾ ਗੁਰੇਜ਼ ਕਰਿਆ ਸਾਂ ਉਰਦੂ ਕਸੀਦੇ ਤੋਂ ਕਿਉਂਕਿ ਬਜ਼ੁਰਗ ਚਿਹਰੇ ਮੇਰੇ ਸਾਹਮਣੇ ਹੈ ਤੋ ਕਸੀਦਾ ਮੇਰਾ ਦਿਲ ਪਿਆ ਦੇ ਕਿ ਮੈਂ ਬਾਬੇ ਦੀ ਕਲਮ ਦਾ ਇੱਕ ਸੁਣਾਵਾਂ ਅੱਲਾ ਤੁਹਾਡੀ ਜ਼ਿੰਦਗੀ ਕਰੇ ਦੇਖੋ ਇਹ ਸਾਡੀ ਐਸੀ ਇਬਾਦਤ ਹੈ ਬੇਰਿਆ ਇਬਾਦਤ ਜਿਹੜੀ ਸਾਡੀ ਬਚ ਹੀ ਆ ਗਈ ਹੈ ਸਾਡੀ ਬਖਸ਼ਿਸ਼ ਦਾ ਜ਼ਰੀਆ ਨਾਰਾਜ਼ ਤਾਂ ਨਹੀਂ ਇੱਥੇ ਬੈਠਾ ਇਹ ਲਾਈਵ ਚੱਲਦੀ ਪਈ ਹੈ ਇਹ ਹਰ ਬੰਦੇ ਦਾ ਚਿਹਰਾ ਲਿਖੀਂਦਾ ਪਏ ਪੂਰੀ ਦੁਨੀਆਂ ਲੈ ਦੀ ਇਵੇਂ ਨਾ ਸੁਣ ਇੱਕ ਹੋਰ ਲਾਈਵ ਚੱਲਦੀ ਪਈ ਹੈ ਜਿਹੜੀ ਚਿਹਰੇ ਨਹੀਂ ਨੀਯਤ ਨਹੀਂ ਠਿਕਾਉਂਦੀ ਪਈ ਜਿਹੜੀ ਦੁਨੀਆਂ ਨਹੀਂ ਦੇਖਦੀ ਪਈ ਤੇਰਾ ਵਾਰਿਸ ਬੈਠਾ ਰਹਿੰਦਾ ਘਰ ਛੋੜ ਆਉਂਦੇ ਹੋ ਔਲਾਦ ਕਾਰੋਬਾਰ ਛੋੜ ਕੇ ਕਿਆ ਵੀ ਇਬਾਦਤ ਕਰਦੇ ਤੋ ਐਸੀ ਇਬਾਦਤ ਕੀਤੀ ਕਰੋ ਜਿਸ 'ਤੇ ਹੁਸੈਨ ਦੀ ਮਾਂ ਰਾਜ਼ੀ ਹੋ ਕਿਉਂਕਿ ਅਸਾਂ ਮਰ ਵੰਜਣਾ ਸਾਡੀ ਬਖਸ਼ਿਸ਼ ਦਾ ਜ਼ਰੀਆ ਹੈ ਇਹੋ ਜ਼ਿਕਰ ਆਲ ਮੁਹੰਮਦ ਇਵੇਂ ਨਾ ਸਹੀ ਕੋਸ਼ਿਸ਼ ਕਰੋ ਇੱਥੇ ਆਉਣਾ ਬਹਾਣਾ ਅਗਰ ਖਲੂਸ ਨਾਲ ਆਇਆ ਬੈਠਾ ਤਾਂ ਮੈਂਬਰ ਦੀ ਕਸਮ ਹੈ ਮਾਸੂਮੀਨ ਪੇ ਫਰਮਾਉਂਦੇ ਕਿ ਤੇਰਾ ਸਾਹ ਗਿਣਨਾ ਹੀ ਇਬਾਦਤ ਹੈ ਮੈਂ ਆਪਣੇ ਮੈਂਬਰ 'ਤੇ ਆਉਣ ਤੋਂ ਪਹਿਲੇ ਮੈਂ ਭਾਈ ਜਾਨ ਦਰਸ 'ਚ ਪੜ੍ਹ ਕੇ ਆਇਆ ਮੌਲਵੀ ਢੇਰ ਹਾਂ ਜ਼ਾਕਰ ਥੋੜ੍ਹਾ ਵਾਂ ਜ਼ਾਕਰ ਲੇਬਲ ਇਹ ਕਿ ਮੈਂ ਜ਼ਾਕਰ ਦਾ ਪੁੱਤਰ ਹਾਂ
مگر کوشش یہ ہے کہ یہ ممبر دا تقدس سامنے ہو. اسا آپ آدھے ہیں کہ ممبر ممبر رسول ہے، قبر حسین ہے. میرے خیال ناراض تھی نہیں ویندو آج جڑا سچی گال کرے اون تے اعتراض ہوں گے. انہیں سارے مل کے پوری طاقت نال بولو حیدری سلوات مل کے بلند آواز کیڑا پڑ سکے ہم والا اے خم والا یاد بھائی. بابے انہیں شعر لکھن دو بڑے عقیدے والے. آ فرمان مصطفیٰ دا خم والا یاد بھائی، فرمان مصطفیٰ دا خم والا یاد بھائی، فرمان مصطفیٰ دا خم والا یاد بھائی، فرمان مصطفیٰ دا خم والا یاد بھائی. Hello.
ਬਾਣੀ ਦੀ ਕਰੇ ਪੂਰੀ ਤਾਕਤ ਨਾਲ ਸਾਰੇ ਬੋਲੋ ਹਾਇਦਾਰੀ ਕਿਹੜੀ ਗੱਲ ਬਾਏ ਬੁਲੰਦ ਆਵਾਜ਼ ਨਾਲ ਪੜ੍ਹੋ ਗੱਲ ਥੋੜੀ ਔਖੀ ਹੈ ਮੈਂ ਕੋਸ਼ਿਸ਼ ਕਰਦਾ ਸ਼ਾਲਾ ਮੈਂ ਸਮਝਾ ਸਕਾਂ ਤੇ ਬਾਤ ਬਨਾਵਟ ਨਹੀਂ ਨਕਲ ਨਹੀਂ ਕਿਤਾਬ ਦਾ ਨਾਮ ਦਮਾ ਤੋ ਸਾਕਿਬਾ ਹਾਲਾਤ ਵਾਕਿਆਤ ਪਾਕ ਮੁਹੰਮਦ ਮੁਸਤਫਾ ਜਿਹੜੇ ਪੜ੍ਹੇ ਲਿਖੇ ਬੈਠੇ ਹੋ ਪਾਕ ਨਬੀ ਮਿੰਬਰ ਤੇ ਬੈਠੇ ਇੱਕ ਵਾਜ ਹਲੋੜਾ ਅਪਵਾਜ ਹਲੋੜਾ ਨਹੀਂ ਆਗੇ ਬੋਲਾ ਹਵਾ ਗਰਦਿਸ਼ ਖਾਂਦੀ ਹੋਈ ਕਰੇ ਬਾਵਾਂ ਲੱਗੇ ਬਾਕਰ ਮੇਰਾ ਸਹਾਬੇ ਰਸੂਲ ਭਜਣ ਲੱਗ ਗਏ ਡਰਨ ਲੱਗ ਗਏ ਪਾਕ ਨਬੀ ਫਰਮਾਇਆ ਹਯਾ ਕਰੋ ਕਮ ਅਜ਼ ਕਮ ਮੇਰੇ ਹੁੰਦੇ ਤਾਂ ਇੰਨਾ ਕਿਤਾ ਕਰੋ ਸਾਰੇ ਬੋਲੋ ਸਾਈਂ ਕੋਈ ਜਿਨ ਹੋ ਸੀ ਸਰਕਾਰ ਮਾਇਆ ਉਹ ਜਿਨ ਮੈਂ ਤਾਂ ਨਬੀ ਹਾਂ ਹਯਾ ਕਰੋ ਇਵੇਂ ਹੋਇਆ ਜਿੰਨਾ ਇਹ ਗਰਦ ਕਰੇ ਬਾਏ ਇਹ ਗਰਦਿਸ਼ ਖਤਮ ਹੋਏ ਤਾਂ ਇੱਕ ਦੇਹ ਨਿਕਲ ਆਇਆ ਦਰਾਜ਼ ਕੱਦ ਵਾਲਾ ਇਤਨਾ ਵੱਡਾ ਕੱਦ ਆ ਮਸਜਿਦ ਨਬਵੀ ਦੇ ਦਰਵਾਜ਼ੇ ਤੋਂ ਬਹਿ ਤੇ ਗੁਜ਼ਰ ਹੋਇਆ ਹਾਲਤ ਕਿਆ ਹੱਥ ਬੰਦੇ ਹੋਏ ਸਰ ਝੁਕੇ ਆਉਂਦਾ ਹੈ ਪਾਕ ਨਬੀ ਡਿੱਠਾ ਉਹ ਕੌਣ ਹੈ ਕਿਉਂ ਮੇਰੇ ਸਾਹਿਬ ਡਰਾਏ ਨੀ ਸਰ ਝੁਕਾ ਕਿਆ ਦੇ ਸਰਦਾਰ ਪਿੰਨਣ ਆਇਆ ਸਾਹਿਲਾ ਅੱਛਾ ਪਿੰਨਣ ਤਾਂ ਆਇਆ ਮਗਰ ਸਾਹਿਬੀ ਤਾਂ ਡਰਾ ਛੋੜੇ ਨੀ ਮੇਰੇ ਕਹਿ ਬਧਾਈ ਆਗੇ ਸੇ ਬੜਾ ਪੁਰਾਣਾ ਵਾਕਿਆ ਹੈ ਲੰਬੀ ਦਾਸਤਾਨ ਹੈ ਸਰਕਾਰ ਫਰਮਾਇਆ ਮੇਰਾ ਦਿਲ ਆ ਦੇ ਅੱਜ ਵੱਧ ਸੁਣਾ ਮੈਂ ਤਾਂ ਜਾਣਦਾ ਸਾਹਿਬੀ ਤਾਂ ਸੁਣੇ ਨਾ ਤੇਰੀ ਕਹਾਣੀ ਕਹਿ ਬਧਾਈ ਕੱਢਾ ਬਧਾਈ ਨੇ ਅੱਜ ਸੇ ਬੜਾ ਪੁਰਾਣਾ ਵਾਕਿਆ ਇਹ ਨੂਹ ਨਬੀ ਦੇ ਦੌਰ ਦਾ ਵਾਕਿਆ ਹੈ ਜਿਹੜਾ ਨੂਹ ਨਬੀ ਦਾ ਵਕਤ ਦਸਾਇਆ ਦਹੇਜ ਸਰਕਾਰ ਮੈਂ ਕਿੱਥਾ ਨੂਹ ਦਾ ਵਕਤ ਕਿੱਥਾ ਮੈਂ ਮੁਹੰਮਦ ਦਾ ਦੌਰ ਇਤਨਾ ਪੁਰਾਣਾ ਵਾਕਿਆ ਸੁਣਾ ਆਦੇ ਸੀ ਅੱਲਾ ਦਾ ਨਬੀ ਜ਼ੁਲਮਾਤ ਤੋਂ ਤੰਗ ਆ ਕੇ ਫਰਿਆਦ ਕੀਤੀ ਮਾਲਿਕ ਹੁਣ ਥੱਕ ਗਈਆਂ ਜਿਨ ਹਾਲ ਖੜਾ ਲੈਂਦਾ ਹੈ ਤੁਹਾਡੇ ਜੋ ਹੱਥ ਬੱਧੇ ਹੋਏ ਹਨ ਨਬੀ ਦੇ ਸਹਾਬੀ ਇਵੇਂ ਬੈਠੇ ਜਿਵੇਂ ਤੁਸੀਂ ਬੈਠੇ ਹੋ ਘਬਰਾ ਗਏ ਹੋ ਨਾ ਵੱਧ ਕਿਆ ਹੋਇਆ ਸਾਈਂ ਫਰਿਆਦ ਕੀਤੀ ਮਾਲਕ ਹੁਣ ਥੱਕ ਗਈਆਂ ਅੱਲਾ ਦੇ ਵਾਦੇ ਨਾ ਘਬਰਾ ਬੇੜਾ ਬਣਾ ਐਲਾਨ ਕਰ ਅੱਲਾ ਦਾ ਅਜ਼ਾਬ ਪਿਆ ਆਉਂਦਾ ਹੈ ਜੇ ਅਜ਼ਾਬ ਤੋਂ ਬਚਣਾ ਹੋਵੇ ਉਹ ਮੇਰੇ ਬੇੜੇ ਤੇ ਸਵਾਰ ਹੋਵੇ ਬੇੜਾ ਬਣ ਗਿਆ ਤੰਦੂਰ ਤੋਂ ਪਾਣੀ ਸ਼ੁਰੂ ਹੋਇਆ ਚਸ਼ਮਾ ਬਰਾਮਦ ਹੋਇਆ ਪਾਣੀ ਵਧਣ ਲੱਗ ਗਿਆ ਬੇੜਾ ਤਰਨ ਲੱਗ ਗਈ ਵੱਧ ਕਿਆ ਹੋਇਆ ਨਬੀ ਨੇ ਫਰਿਆਦ ਕੀਤੀ ਐਲਾਨ ਕੀਤਾ ਆਓ ਜੇ ਬਚਣਾ ਮੇਰੇ ਬੇੜੇ ਤੇ ਆਓ ਪੜ੍ਹੇ ਲਿਖੇ ਬੈਠੇ ਹੋ
لوگ آن لگے مخلوق خدا آن لگے جن آن لگے انسان آن لگے حیوان آن لگے پاک بھی آن لگے تے پلید بھی سور تو سور نہیں آئے ہن سائیں تاریخ بھی پڑھ دا چرا گئے بیڑا تردا گیا بچدا گیا نوح دی بیوی تے نوح دا پتر انہاں آکھیا اساں نہ چڑھسوں پہاڑیاں تے چڑھ ویسوں جدا پہاڑیاں بور کریں دے گئے پانی اتنا زیادہ نوح دے پتر دی گردن تے آ گیا پاک نبی فریاد کیتی میرا اللہ تونے جو نافرمانے ہے تے میرا پتر پدری محبت مجبور پہ کریں دیے اللہ دی آواز نبی یاد رکھ جڑا میرے نبی دا نافرمان ہوئے میں اودی نسل جگڑ چھڑے گا تو نہیں تیرا پوترے میں تیری نسل جگڑ چھوڑے بات کیا ہویا بیڑا بچنا گیا تے آئی میرے استاد دی آواز تو کیا پیا کریں گے کیا کرا بیڑا بول کیویں بولا میرے استاد آکھا کیڑا استاد سمجھتے بیٹھے ہو ابلیس نے آکھیا پتھر دی پڑی چا بیڑے وچ مار آج میں اپنے استاد دا کھمن کے ایک پتھر دی پڑی چاہیے اے ہن جن حال لینا کھڑے تے نبی سندا بیٹھے وقت کیا ہویا پتھر دی پڑی چاہ کے میں ارادہ کیتا بیڑے وچ مارا یا نوح نبی دی نگاہ پے گئی وقت کیا ہویا نوح نبی بیڑے وچ کھڑا ہو گیا اپنے خدا کو سل مارا اگر مار گیا تو میرا اللہ میری مدد فرما بات کیا ہویا نوح دے خدا نے نبی دی مدد کی تھی کیویں مدد کی تھی پچھو میرے آواز ہوئی ہے اللہ اکبر میں پرت کے رٹائے دیکھا کیا دیکھا ایک جوان ہے جڑا پانی دی ستا تے گھوڑا ٹوریا لے اچھا آ کے نعرہ تکبیر دے بعد تلوار چا کے پتھر اچ ماری اس پتھر دو حصے ہو گئے تھک گئے ہو نا پتھر دو حصے ہو گیا بیڑا بچ گیا او جوان گھوڑے تو لتا خجیاں لڑ دیا ودیاں خجیاں دے پتے پٹ کے میرے ہاتھ بڑھے رہ گئے مسکرا کے آدھا رہ گئے تے کوئی یہ سزا کافی ہے اچھا وقت کیا ہویا نبیاں دے دور آئے ہر نبی کول گیا وقت نبیاں کیا کھائے آدھے سی بار ہا کوشش دے بعد ہر نبی یہ گل کیتی کہ جائیں بدھے اوہی کھول سکتا ہے وقت کیا ہویا تیری لجپالی سنیے تیری کریمی سنیے مہربانی کر میں کو آزاد کر اے گلا ہوندیاں پیا ہیں یا حسرین دے بابے دا گزر ہوئے جدہی نگاہ پیس چہرے تے تیرے بادشاہ امام دے چہرے تے نگاہ پیس جتنا وڈا ہا اتنا چھوٹا تھی گئے ممبر تلے گھسن لگ گئے پاک نبی رٹھو کیا ہو گئی چنگا بھلا بلینا بیٹھا ہمیں کیوں ڈردا پے آدھے پہلے نسے کون جوان جیڑا شکل تو ڈسدا ہے یزدان نبی فرمایا تے کو کہ بھول پے گئے جن نے کیا دے ہے قسم تے نبی بولو حیدر پہلے دسے کون جوان جیڑا شکل تو ڈسدا ہے یزدان ہے قسم دے نبی او شاہ سواریا
اللہ تواڈی زندگی کرے خوشبو دے بس بزرگاں تے خوشبو ایک دو بہن تے بھائیوں کو منبر بزرگاں کو دیواں صلوات مل کے بلند آواز نال پڑھ ٹھیک ہے اس سردی پڑھ دے کنا سب بہک نہیں بولے دے پا صلی اللہ اللہ نبی سنا پائن جم دی اولاد نمازی آپ پہ لہے ویسی
مگر امتحان دا ویلا نہ بھائی جان نازاں دا ویلا نہیں لتا حسین اللہ دا نبی سجنا پے سر جاواں حسین گھن دے ذکر وداواں نماز ودیے آواز قدرت جبریل جی رب جلی لگا ون میرے حبیب کو آنکھ میں راضیا مالک کیا ونا کھ ونا ایک کہیں دا احسان نہ جیسی واو سر دے کے اسلام بچے سے اکبر پا لیا برکیا ویچ آندا اپنا سر اکبر پا لیا برکیا ویچ آندا اپنا سر رملہ
بازار دے وچ آو کیڑے ملک دے قیدی آئے او جنہاں دے اس تک وال کتے تڑے پیو بدماں پتہ لگ گیا ہندا کو علی دیاں دیاں قیدی ہو گیا سر تو چادر لہائیے خاک روائیے یزید منحوس دے بھرے دربار چ آ گئی ایک مہینہ جلدی نہ لا کے اپنی آباد چا کے ہندا تو سر تسٹیے ہندا لہا کے زمین تے سٹ گیا دیو بے غیرتا بے غیرتا میں کو برباد کر کے ہن میری غیرت پیا کر ایک مہینہ دا ہندا مت کو کیڑا برباد کیتا کیڑا اجالا ہے رو کے بہن کر کے دی اے تو بربادی بئی کیڑی کرے سے میرے پیر دے پوتر او مہاری کو تیرے ظلم نے خوا حسین کرا چھوڑیے جڑا کہیں کو کچھ نہ آد ہندا اپنے ساکی دے تو بالا وان ورنہ قتل کرا دے سہی آج ایک مہینہ بے شک قتل کرا زینب دے اجڑ وجن دے بعد کیڑی زندگی رہ گئی ہے قتل کرا میری لاش جلا راکھ را کھڑا منظور ہے مگر میں تیرے گھر وچ رہی ہاں تیرے گھر وچ رہن دی اجرت منگ دیا خالی نہ بلاویں کیا منگنا چاہیے رو کے مستور ہو کے منگیا کیا ہے بھائی